ਇਤਨਾ ਬੜੀ ਖੁਸ਼ੀ ਹੁੰਦੀ ਹੈ। ਇਮਾਮ ਬੁਖਾਰੀ ਰਹਿਮਤੁਲਾ ਅਲੈਹ ਆਪਣੀ ਕਿਤਾਬ ਅਲ ਅਦਬ ਅਲ ਮੁਫਰਦ ਲਿਖਦੇ ਕਿ ਜਦੋਂ ਲੋਕ ਫੌਤ ਹੋ ਜਾਂਦੇ ਉਹਨਾਂ ਨੂੰ ਕੋਈ ਜਗ੍ਹਾ ਅਲਾਟ ਹੋ ਜਾਂਦੀ ਹੈ ਉਹਨਾਂ ਦੇ ਅਮਲਾਂ ਦੇ ਪਾਰੋਂ, ਫਿਰ ਦਰਜਾ ਜਿਹੜਾ ਬੁਲੰਦ ਹੁੰਦਾ, ਤਰੱਕੀ ਮਿਲਦੀ। ਤੂੰ ਆਉਂਦਾ ਅੱਲਾ ਮੈਂ ਤਾਂ ਜੋ ਕੁਛ ਕੀਤਾ ਸੀ ਉਹਦੇ ਮੈਨੂੰ ਜਿਹੜਾ ਥਾਂ ਮਿਲਣਾ ਸੀ ਮਿਲ ਗਿਆ, ਇਹ ਹੁਣ ਕਿਉਂ ਦਰਜਾ ਬੁਲੰਦ ਆ? ਫਰਮਾ ਇਸਤਿਗਫਾਰ ਹੈ, ਬੜਾ ਦਿਲ ਕਾ ਲਗਾ, ਤੇਰੀ ਔਲਾਦ ਬਖਸ਼ਿਸ਼ ਦੀ ਦੁਆ ਮੰਗ। ਪਿੱਛੋਂ ਬਖਸ਼ਿਸ਼ ਦੀ ਦੁਆ ਮੰਗਦੇ ਤਦ ਤੈਨੂੰ ਤਰੱਕੀ ਹੋ ਰਹੀ। ਇਸ ਤੋਂ ਮੇਰੇ ਭਰਾਓ ਦੀ ਤੋਂ ਮਰਹੂਮੀਨ ਗੁਜ਼ਸ਼ਤਗਾਨ ਨੂੰ ਫਰਾਮੋਸ਼ ਨਾ ਕਰਿਆ ਕਰੋ। ਔਰ ਮਹਿਮੂਦ ਜੈਸਾ ਆਦਮੀ ਤਾਂ ਹੋਰ ਜ਼ਿਆਦਾ ਮੇਰੀ ਤੁਹਾਡੀ ਮੁਹੱਬਤ ਦਾ ਔਰ ਸਮਝੋ ਹਮਦਰਦੀ ਦਾ ਮੁਝਸੇ ਕਿਹਾ ਕਿ ਦੁਨੀਆ 'ਚ ਅੱਲਾਹ ਤਾਲਾ ਨੇ ਉਹਨੇ ਔਲਾਦ ਨਹੀਂ ਦਿੱਤੀ, ਉਹਦਾ ਕੋਈ ਨਿਸ਼ਾਨ ਬਾਕੀ ਨਹੀਂ ਰਿਹਾ। ਇਹ ਅੱਲਾਹ ਦੀ ਮਸੀਹਤ ਔਰ ਮਰਜ਼ੀ ਹੈ, ਇਹ ਕੋਈ ਜੁਰਮ ਨਹੀਂ, ਨਾ ਕੋਈ ਸਜ਼ਾ ਹੈ। ਇਸ ਦੁਨੀਆ 'ਚ ਇਮਤਿਹਾਨ ਹੈ ਅੱਲਾਹ ਦਾ। ਕੁਰਾਨ ਪਾਕ ਜਾਂਦਾ, ਜਿਹਨੂੰ ਚਾਹੁੰਦਾ ਮੈਂ ਬੇਟੇ ਦੇਣਾ, ਜਿਹਨੂੰ ਚਾਹੁੰਦਾ ਬੇਟੀਆਂ ਦੇਣਾ, ਕਿਸੇ ਨੂੰ ਰਲਵੇਂ ਦੇਣਾ। ਵਾਜਾ ਜਲ ਮਈ ਸ਼ਾਹ ਖੀਮਾ ਵਾਧੇ ਉਹ ਆ, ਜਿਹੜੇ ਸਾਰੀ ਉਮਰ ਜ਼ੋਰ ਲਾ ਲੈਂਦੇ ਇਲਾਜ ਮਾਲ ਦੇ ਵੀ ਕਰ ਲੈਂਦੇ, ਮਗਰ ਨਹੀਂ, ਮੈਂ ਜਦੋਂ ਫੈਸਲਾ ਕੀਤਾ ਨਹੀਂ ਉਹਨਾਂ ਦੀ ਔਲਾਦ ਹੋਣੀ ਨਹੀਂ ਹੁੰਦੀ। ਮਗਰ ਇਹ ਵੀ ਅੱਲਾਹ ਦੇ ਰਸੂਲ ਅਲੈਹਿ ਸਲਾਮ ਦੀ ਬਸ਼ਾਰਤ ਹੈ। ਹਜ਼ੂਰ ਨੇ ਫਰਮਾਇਆ ਜਿਹਨਾਂ ਦੇ ਇੱਥੇ ਔਲਾਦ ਨਹੀਂ ਨਾ ਹੋਈ ਜੇ ਉਹ ਜੰਨਤ 'ਚ ਆਉਣਗੇ ਅੱਲਾਹ ਦੇ ਦੂੰ, ਬਿਲਕੁਲ ਉੱਥੇ ਇਹਨਾਂ ਦੇ ਬੇਟੇ ਸਵੇਰੇ ਹਮਲ ਹੋਊਗਾ, ਸ਼ਾਮ ਨੂੰ ਬੇਟਾ ਆਊਗਾ, ਅੱਲਾਹ ਇੱਕ ਅਸਰ ਕਰ ਦੂ, ਇਹਨਾਂ ਦਾ ਵੀ ਦਿਲ ਠੰਡਾ ਕਰ ਦੂ। ਪਰ ਚਲੋ ਉਸ ਦੁਨੀਆ 'ਚ ਜਾਣਾ ਨਹੀਂ ਸੀ ਮਨਜ਼ੂਰ, ਇਸ ਦੁਨੀਆ 'ਚ ਤੁਹਾਨੂੰ ਰੌਣਕ ਦੇਤੀ ਹੈ। ਅੱਲਾਹ ਐਸਾ ਹੀ ਕਰੇ ਕਿ ਮਹਿਮੂਦ ਨੂੰ ਔਰ ਜਿਹੜੇ ਵੀ ਲੋਕ ਐਸੇ ਜੰਨਤ ਅੱਲਾਹ ਇਕੱਠਿਆਂ ਕਰੇ, ਔਰ ਅੱਲਾਹ ਤਾਲਾ ਉਹਨੂੰ ਜਿਹੜੀਆਂ ਤਮੰਨਾ ਔਰ ਆਰਜ਼ੂਆਂ ਇਸ ਦੁਨੀਆਂ 'ਚ ਪੂਰੀਆਂ ਨਹੀਂ ਹੋਈਆਂ ਆਪਣੇ ਫਜ਼ਲੋ ਕਰਮ ਨਾਲ ਪੂਰੀਆਂ ਕਰੇ। ਮੈਨੂੰ ਔਰ ਤੁਹਾਨੂੰ ਸਾਰਿਆਂ ਨੂੰ ਅੱਲਾਹ ਆਪਣੇ ਹਬੀਬੇ ਪਾਕ ਸੱਲਾ ਸਲਮ ਦੇ ਹੌਸ 'ਤੇ ਪਹੁੰਚਾਏ, ਔਰ ਰਸੂਲ ਕਰੀਮ ਅਲੈਹਿ ਸਲਾਮ ਦੀ ਸੋਹਬਤ ਹਜ਼ੂਰ ਪਾਕ ਸੱਲ ਸਲਮ ਦੀ ਜ਼ਿਆਰਤ ਨਸੀਬ ਕਰੇ। ਇਹ ਉਹ ਦੌਲਤ ਆ ਜਿਹਦੇ ਬਾਰੇ ਚ ਅਬੂ ਹੁਰੈਰਾ ਰਜ਼ੀ ਨੂੰ ਫਰਮਾਉਂਦੇ ਸਹੀ ਮੁਸਲਮ ਦੇ ਅੰਦਰ, ਆਪ ਨੇ ਫਰਮਾਇਆ ਲੋਗੋ ਮੈਨੂੰ ਰੱਜ ਕੇ ਵੇਖ ਲਓ, ਇੱਕ ਵਕਤ ਆਉਣਾ ਜਦੋਂ ਮੁਸਲਮਾਨਾਂ ਨੇ ਚਾਹੁਣਾ ਵੀ ਆਪਣੇ ਮਾਲ ਔਰ ਦੌਲਤ ਖਜ਼ਾਨੇ ਸਾਰੇ ਖਰਚ ਕਰਕੇ ਵੀ ਅਸੀਂ ਨਬੀ ਦਾ ਚਿਹਰਾ ਵੇਖ ਸਕਦੇ, ਮਗਰ ਇਹ ਵਕਤ ਨਹੀਂ ਲੱਭਣਾ। ਫਿਰ ਜੰਨਤ ਹੀ ਹੈ ਨਾ ਜਿੱਥੇ ਹੁਣ ਆਸ ਹੈ ਬੱਲਾ ਉੱਥੇ ਲੈ ਜਾਵੇ ਜੇ ਹਜ਼ੂਰ ਦਾ ਦੀਦਾਰ ਹੋਣਾ, ਵਰਨਾ ਅਸੀਂ ਬਦਨਸੀਬ ਰਹਿ ਗਏ। ਸਹਾਬਾ ਕਿਰਾਮ ਜੈਸੇ ਲੋਕਾਂ ਨੇ ਹਜ਼ੂਰ ਨੂੰ ਵੇਖਿਆ ਕਿੰਨੀ ਇੱਜ਼ਤ ਪਾ ਗਏ, ਔਰ ਉਹਨਾਂ ਦੀ ਕਦਰੋ ਮੰਦਰ 'ਤੇ ਵੀ ਹਜ਼ਰਤ ਜਾਬਰ ਇਬਨ ਅਬਦੁੱਲਾ ਬੈਠੇ ਸੀ। ਆ ਇੱਕ ਉਹਨਾਂ ਦੇ ਸ਼ਾਗਿਰ ਨੇ ਪੁੱਛਿਆ, ਜਾਬਰ ਤੂੰ ਰਸੂਲਾਂ ਦੀ ਬੈਤ ਕੀਤੀ? ਆਖੇ ਹਾਂ। ਕਿਹੜੇ ਹੱਥ ਨਾਲ? ਐਸਾ ਜਾਤ ਕੀਤਾ ਉਸੇ ਦੇ ਸਾਬਤ ਨੇ ਫੜ ਕੇ ਬਹੁਤਾ ਦਿੱਤਾ, ਕਹਿਣ ਲੱਗਾ ਜਾਬਰ ਜੇ ਮੈਂ ਯਾਰ ਰਸੂਲ ਨੂੰ ਨਹੀਂ ਵੇਖ ਸਕਿਆ ਤਾਂ ਰਸੂਲ ਦੇ ਹੱਥ 'ਤੇ ਹੱਥ ਰੱਖਣ ਵਾਲੇ ਤੂੰ ਵੇਖ ਲਿਆ। ਇਸ ਤੋਂ ਅੱਲਾਹ ਦੇ ਹਬੀਬ ਦੀ ਜ਼ਿਆਰਤ, ਰਸੂਲ ਕਰੀਮ ਦੀ ਸੋਹਬਤ ਮੇਰੇ ਭਰਾਓ, ਇਸ ਤੋਂ ਵੱਡੀ ਕੋਈ ਦੌਲਤ ਹੈ? ਅੱਲਾਹ ਮੈਨੂੰ ਤੁਹਾਨੂੰ ਸਾਰਿਆਂ ਨੂੰ ਨਸੀਬ ਕਰੇ, ਔਰ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਅੱਲਾਹ ਤਾਲਾ ਉਹਨਾਂ ਦੀ ਮਗਫਰਤ ਫਰਮਾਏ, ਉਹਨਾਂ ਕੋ ਕੋਤਾਹੀਆਂ ਕਸੂਰ ਹੋਏ ਬਖਸ਼ੇ, ਔਰ ਜੰਨਤ ਉਲ ਫਿਰਦੌਸ ਉਹਨੂੰ ਆਲਾ ਮਦਾਰਜ ਔਰ ਮਕਾਮਾਤ ਅਤਾ ਫਰਮਾਏ। ਇਹ ਰਸੂਲਾਂ ਦੀ ਸੁਨਤ ਹੈ, ਮਰਹੂਮੀਨ ਲਈ ਦੁਆ ਕਰਨੀ, ਕੁਰਾਨ ਦੀ ਤਲਕੀਨ ਹੈ, ਇਹਨੂੰ ਭੁਲਾਇਆ ਨਾ ਕਰੋ। ਔਰ ਇਹ ਛੋਟੀ ਜਿਹੀ ਦੁਆ ਅੱਲਾ ਮਗਫਿਰ ਲਿਲ ਮੋਮੀਨ ਵਲ ਮੋਮਿਨਾਤ ਵਲ ਮੁਸਲਮੀਨ, ਇਹ ਸਿਰਫ 27 ਵਾਰੀ ਸੁਬਾ ਸ਼ਾਮ ਪੜ੍ਹਦਾ ਕਰੋ, ਇਨਸ਼ਾ ਅੱਲਾਹ ਹਦੀਸ ਪਾਕ ਦੇ ਮੁਤਾਬਿਕ ਬਹੁਤ ਸਾਰੇ ਇਨਾਮਾਤ ਅੱਲਾਹ ਦੇ ਮੈਨੂੰ ਔਰ ਤੁਹਾਨੂੰ ਨਸੀਬ ਹੋਣਗੇ। ਵਾਖਿਰ ਦਾਵਾਨ ਅਲਹਮਦੁਲਿਲਾਹ ਰੱਬਿਲ ਆਲਮੀਨ ਵਸੱਲੱਲਾਹੁ ਤਾਲਾ ਅਲਾ ਖੈਰ ਖਲਕੀ ਮੁਹੰਮਦਿਨ ਵਾਲਿਹੀ ਵਸਾਬਿ ਅਜਮਈਨ। بسم اللہ الحمدللہ الحمد لله رب العالمين والصلاة والسلام على سيد الأولين والآخرين سيدنا ونبينا محمد وآله وصحابه اجمعين। اب پانی پینے دے موقع تے میں دعا کیتی ہے، اے دعا نیک لوگاں نے ذکر کیتا اور بہت پیاری ہو قرآن پاک دی جڑی نا آیت کہ اگر اس سے اینو کڑوا بنا دے تے پھر کی بندا، اینو میٹھا تواڈی بنا تے پانی پین تو بعد وی پڑھیا کرو، بہت اچھی بات ہے۔ ਇਸ ਦੁਆ ਨੂੰ ਆਪਣਾ ਵਿਰਧ ਬਣਾਉਣਾ ਚਾਹੀਦਾ। ਅਲਹਮਦੁਲਿਲਾਹ ਅਲਜ਼ੀ ਸਕਾਨਾ ਆਜ਼ਮਨ ਫੁਰਾਤਮ ਬਿਰਹਮਤੀ ਵਲਮ ਯਜਲੋ ਮਿਲਹਨ ਉਜਾਦਮ ਬਿਜ਼ਨੂ ਬਿਨ। ਸ਼ੁਕਰ ਹੈ ਉਸ ਅੱਲਾਹ ਦਾ ਜਿਹਨੇ ਉਹਨੂੰ ਮਿੱਠਾ ਔਰ ਖੁਸ਼ਗਵਾਰ ਬਣਾਇਆ ਸਿਰਫ ਆਪਣੀ ਰਹਿਮਤ ਨਾਲ, ਸਾਡਾ ਕੋਈ ਜ਼ੋਰ ਨਹੀਂ। ਔਰ ਅਗਰ ਉਹ ਚਾਹੁੰਦਾ ਤਾਂ ਇਹਨੂੰ ਕੜਵਾ ਤਲਫ ਵੀ ਬਣਾ ਸਕਦਾ ਸੀ ਅਤੇ ਹੁਣ ਵੀ ਬਣਾ ਸਕਦਾ, ਅਗਰ ਨਹੀਂ ਬਣਾਉਂਦਾ ਤਾਂ ਉਹਦਾ ਕਰਮ ਹੈ, ਉਹਦੀ ਮਿਹਰਬਾਨੀ। ਤਾਂ ਬਹੁਤ ਇਹ ਵੀ ਪਿਆਰਾ ਜੁਮਲਾ ਕਿ ਪਾਣੀ ਪੀਣ ਤੋਂ ਬਾਅਦ ਆਦਮੀ ਨੂੰ ਦੁਰਾਏ ਅਲਹਮਦੁਲਿਲਾਹ ਅਲਜ਼ੀ ਸਕਾਨਾ ਅਜ਼ਮਨ ਫੁਰਾਤਮ ਬਿਰਹਮਤੀ ਵਲਮ ਯਜਲੋ ਮਿਲਣ ਉਜਾਜ਼ਨ ਦੇ ਜ਼ਨੂ ਬਿਨ। ਪਿਛਲੇ ਜੁਮੇ ਤੁਹਾਡੇ ਸਾਹਮਣੇ ਇੱਕ ਅਪੀਲ ਕੀਤੀ ਸੀ, ਅਲਹਮਦੁਲਿਲਾਹ ਉਹਦਾ ਰੈਸਪਾਂਸ ਤਾਂ ਕੁਛ ਅੱਛਾ ਹੀ ਮਿਲਿਆ ਕਿ 12,000 ਰੁਪਇਆ ਜਮ੍ਹਾਂ ਹੋਇਆ, ਮਗਰ ਇਹ ਥੋੜ੍ਹਾ ਦਰਖਾਸਤ ਇਹ ਸੀ ਵੀ ਉਸ ਬੱਚੀ ਦੇ ਵਾਸਤੇ ਕਮ ਅਜ਼ ਕਮ 20,000 ਜਿਹੜਾ ਨੇ ਮਾਮੂਲੀ ਜਿਹਾ ਖਰਚਾ, ਇਹ 8,000 ਇਸ ਜੁਮੇ 'ਤੇ ਪੂਰਾ ਕਰ ਦਿਓ।
اللہ مینوں تانوں اجر دوں گا بچی اپنے گھر جتنا کہ جس مسکین دی چلی گئی اللہ خوش ہوگا اج 8000 پورا کر کے جاؤ اللہ خوش ہوگا بالکل اللہ دا رسول خوش ہوگا ایک امتی دی مدد کرنا اللہ رسول نوں خوشی ہوندی ہے تے میرے نام لیوا دی مدد کی مسکین دی مدد کر دی اللہ اجر دے اے پھر تر کے ساتھی اکٹھے کر لیں جے نہ پورے ہون تے کوئی وعدہ کر کے پورا کر دیو اعلان سن لو اشراط الساعۃ جس کے مصنف شیخ یوسف بن عبداللہ الوابل ہیں کا اردو ترجمہ قیامت کی نشانیاں شائع ہو چکی ہیں جو صحیح احادیث اور تخریج پر مشتمل ہے باہر سٹال پر موجود ہے کیا مدنی صاحب کی طرفوں اعلان ہے باقی ہر مسلمان